मैनू नहीं पता कि मेरा दिन रात किस तरह लंघदा। आई रियली इंजॉय जॉब। ਇਹ ਸੁਰਜੀਤ ਸੰਧੂ ਨੇ ਜੋ ਪਰਸਨਲ ਸਪੋਰਟ ਵਰਕਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਕੋਵਿਡ 19 ਮਹਾਮਾਰੀ ਦੌਰਾਨ ਕੰਮ ਕਰਦਿਆਂ ਭਾਵੇਂ ਖੁਦ ਦੇ ਸੰਕਰਮਿਤ ਹੋਣ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ, ਪਰ ਇਹਨਾਂ ਨੂੰ ਇਸ ਕੰਮ ਵਿੱਚੋਂ ਆਨੰਦ ਮਿਲਦਾ ਹੈ। ਸੁਰਜੀਤ ਸੰਧੂ ਮੈਡੀਕਲ ਲੈਬ ਟੈਕਨੀਸ਼ੀਅਨ ਵਜੋਂ ਕੰਮ ਕਰਦੇ ਸਨ, ਜਿਸ ਦੌਰਾਨ ਇਹਨਾਂ ਨੂੰ ਪ੍ਰੀਵੈਂਟੇਟਿਵ ਕੇਅਰ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇੱਥੋਂ ਉਹਨਾਂ ਅੰਦਰ ਇੱਛਾ ਜਾਗੀ ਸਵੈ ਤੋਂ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਕਰਨ ਦੀ। ਇਹਨਾਂ ਸੋਸ਼ਲ ਸਰਵਿਸ ਵਰਕਰ ਵਜੋਂ ਪੜ੍ਹਾਈ ਸ਼ੁਰੂ ਕੀਤੀ ਅਤੇ ਪਰਸਨਲ ਸਪੋਰਟ ਵਰਕਰ ਦੀ ਨੌਕਰੀ ਕਰਨ ਲੱਗੇ। ਮਨ ਦੇ ਵਿੱਚ ਆਇਆ ਕਿ ਮੈਂ ਇੱਦਾਂ ਦਾ ਹੀ ਕੁਛ ਕਰਾਂ। ਮੈਂ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਸੋਸ਼ਲ ਸਰਵਿਸ ਵਰਕਰ ਦੀ, ਪਰ ਜੋਬ ਦੇ ਨਾਲ ਨਾਲ ਥੋੜ੍ਹਾ ਹਾਰਡ ਸੀ ਮੈਨੂੰ। ਹੋ ਗਏ 4-5 ਸਾਲ ਕਰਦੀ ਨੂੰ, ਹੈ ਨਾ, ਮੈਂ ਕੰਟੀਨਿਊ ਸਟੱਡੀ ਕਰਦੀ ਹਾਂ। ਬਟ ਫਿਰ ਵਿੱਚ ਦੀ ਇੱਕ ਵਾਰੀ ਮੈਂ ਵੈਸੇ ਮੈਨੂੰ ਕੁਛ ਨਾ ਕੁਛ ਸਰਚ ਕਰਨ ਦੀ ਅੱਗੇ ਵਧਣ ਦੀ ਚਾਹਨਾ ਹੁੰਦੀ ਹੈ ਵੀ ਕੁਛ ਦੇਖਾਂ ਕੁਛ ਅੱਗੇ ਕਰਾਂ, ਤਾਂ ਮੈਂ ਇੱਕ ਜੋਬ ਦੇਖੀ ਹੈ PSW ਦੀ, ਪਰਸਨਲ ਸਪੋਰਟ ਵਰਕਰ ਦੀ। ਸੁਰਜੀਤ ਸੰਧੂ ਇਸ ਔਖੇ ਸਮੇਂ ਘਰ ਤੋਂ ਬਾਹਰ ਜਾ ਕੇ ਆਪਣੇ ਕਲਾਇੰਟਸ ਦੀ ਦੇਖਭਾਲ ਕਰਦੇ ਨੇ, ਜਿਸ ਨੂੰ ਲੈ ਕੇ ਮਹਾਮਾਰੀ ਦੇ ਸ਼ੁਰੂ ਵਿੱਚ ਘਰ ਦੇ ਮੈਂਬਰਾਂ ਅੰਦਰ ਕਈ ਤਰ੍ਹਾਂ ਦੇ ਫਿਕਰ ਪੈਦਾ ਹੋ ਗਏ ਸਨ। ਪਰ ਉਹਨਾਂ ਆਪਣੀ ਸਕਾਰਾਤਮਕ ਸੋਚ ਨਾਲ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਆਪਣੇ ਪਰਿਵਾਰ ਨੂੰ ਜਾਣੂ ਕਰਵਾਇਆ। ਹੁਣ ਉਹਨਾਂ ਨੂੰ ਆਪਣੇ ਬੱਚਿਆਂ ਅਤੇ ਪਤੀ ਦਾ ਪੂਰਾ ਸਮਰਥਨ ਹੈ। ਬਸ ਇਹ ਜੋਬ ਰਿਸਪੋਂਸੀਬਿਲਿਟੀ ਆ, ਹੈ ਨਾ, ਕਮਿਊਨਿਟੀ ਦੀ ਰਿਸਪੋਂਸੀਬਿਲਿਟੀ। ਆਪਾਂ ਜਦੋਂ ਜੋਬ ਵੀ ਇੱਦਾਂ ਦੀ ਚੂਜ਼ ਕੀਤੀ ਆ, ਪ੍ਰੋਫੈਸ਼ਨ ਇੱਦਾਂ ਦਾ ਚੂਜ਼ ਕੀਤਾ ਕਮਿਊਨਿਟੀ ਲਈ ਵਰਕ ਕਰਨਾ, ਹੁਣ ਜਦੋਂ ਸਾਡੀ ਉਹਨਾਂ ਨੂੰ ਲੋੜ ਪਈ ਆ, ਉੱਥੇ ਪਿੱਛੇ ਹਟਣਾ ਲਾਈਕ ਗਦਾਰੀ ਕਰਨੀ ਲੱਗਦੀ, ਇੱਦਾਂ ਲੱਗਦਾ ਵੀ ਨਹੀਂ ਨਹੀਂ ਛੱਡਣਾ ਨਹੀਂ ਹੈਗਾ। ਮਹਾਮਾਰੀ ਦੌਰਾਨ ਸਭ ਤੋਂ ਵੱਧ ਸਾਥ ਦੇ ਰਹੇ ਨੇ ਉਹਨਾਂ ਦੇ ਪਤੀ। ਕੁਝ ਸਿਹਤ ਦੇ ਕਾਰਨਾਂ ਕਰਕੇ ਸੁਰਜੀਤ ਜੀ ਗੱਡੀ ਚਲਾਉਣ ਤੋਂ ਅਸਮਰਥ ਨੇ, ਪਰ ਉਹਨਾਂ ਦੇ ਪਤੀ ਨਾ ਸਿਰਫ ਉਹਨਾਂ ਨੂੰ ਕਲਾਇੰਟਸ ਤੱਕ ਪਹੁੰਚਾ ਰਹੇ ਨੇ ਬਲਕਿ ਘਰ ਦੇ ਕੰਮਾਂ ਵਿੱਚ ਵੀ ਪੂਰਾ ਹੱਥ ਵਟਾ ਰਹੇ ਨੇ। ਮੇਰੇ ਹਸਬੈਂਡ ਪੂਰਾ ਸਪੋਰਟ ਕਰਦੇ ਨੇ ਮੈਨੂੰ, ਛੱਡ ਕੇ ਆਉਂਦੇ ਲਾਈਕ ਆਈ ਵਿਲ ਸੇ ਕਿ ਉਹ ਵਲੰਟੀਅਰ ਕਰ ਰਹੇ ਨੇ ਇਹ ਮੇਰੇ ਲਈ, ਹੈ ਨਾ, ਮੇਰੇ ਲਈ ਅਤੇ ਜੋਬ ਲਈ ਲੋਕਾਂ ਲਈ ਵੀ, ਹੈ ਨਾ, ਉਹ ਵਲੰਟੀਅਰ ਕਰ ਰਹੇ ਨੇ, ਉਹ ਮੈਨੂੰ ਛੱਡ ਕੇ ਆਉਂਦੇ ਨੇ, ਲੈ ਕੇ ਆਉਂਦੇ ਨੇ। ਕਈ ਵਾਰੀ ਮੇਰੇ ਨਾਲ ਉਹਨਾਂ ਨੂੰ ਵੇਟ ਵੀ ਕਰਨੀ ਪੈਂਦੀ ਹੈ, ਕਿਉਂਕਿ ਕਮਿਊਨਿਟੀ ਦੇ ਵਿੱਚ ਇੱਕ ਪੇਸ਼ੈਂਟ ਤੋਂ ਦੂਜੇ ਪੇਸ਼ੈਂਟ ਤੱਕ ਜਾਣਾ ਹੁੰਦਾ ਹੈ। ਤਕਰੀਬਨ ਘਰ ਵੀ ਕੰਮ ਕਰਦੇ ਨੇ ਲਾਈਕ, ਜਿਹੜਾ ਇਹ ਟਾਈਮ ਆਇਆ ਵੈਸੇ ਤਾਂ ਬੜਾ ਔਖਾ ਸਾਰਿਆਂ ਦੇ ਲਈ, ਹੈ ਨਾ, ਪਰ ਇੱਕ ਪੋਜ਼ਿਟਿਵ ਐਕਸਪੀਰੀਅੰਸ ਵੀ ਮਿਲ ਰਿਹਾ ਕਿ ਫੈਮਿਲੀ, ਅਸੀਂ ਸਾਰੇ ਇੱਕ ਦੂਜੇ ਦੇ ਕਿੰਨਾ ਨਜ਼ਦੀਕ ਹੋ ਰਹੇ ਹਾਂ। ਜਦ ਉਹਨਾਂ PSW ਵਜੋਂ ਕੰਮ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਇਹ ਕੰਮ ਸਿਰਫ ਮਰੀਜ਼ਾਂ ਦੀ ਬਾਹਰੀ ਦੇਖ ਰੇਖ ਤੱਕ ਹੀ ਸੀਮਤ ਹੈ, ਪਰ ਇਹਨਾਂ ਲੋਕਾਂ ਦੇ ਨੇੜੇ ਜਾ ਕੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਦੇਖ ਰੇਖ ਦੇ ਨਾਲ ਇਹ ਮਰੀਜ਼ ਆਪਣੇ ਮਨ ਦੀਆਂ ਗੱਲਾਂ ਵੀ ਸਾਂਝੀਆਂ ਕਰਨਾ ਚਾਹੁੰਦੇ ਨੇ। ਟਾਕ ਥੈਰੇਪੀ ਵਿੱਚ ਬਹੁਤ ਵਿਸ਼ਵਾਸ ਰੱਖਣ ਵਾਲੇ ਸੁਰਜੀਤ ਸੰਧੂ ਮੁਤਾਬਕ ਗੱਲਾਂ ਸੁਣਨਾ ਮਰੀਜ਼ਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈ। ਸੁਣਿਆ ਸੀ ਕਿ ਪਰਸਨਲ ਸਪੋਰਟ ਵਰਕਰ ਦੀ ਜਿਹੜੀ ਜੋਬ ਹੁੰਦੀ ਹੈ ਉਹਨਾਂ ਨੂੰ ਬਾਥ ਦਵਾਉਣਾ ਹੁੰਦਾ ਜਾਂ ਥੋੜ੍ਹੀ ਬਹੁਤੀ ਖਾਣਾ ਖਵਾਉਣ ਦੇ ਵਿੱਚ ਹੈਲਪ ਹੁੰਦੀ ਆ, ਪਰ ਜਿਹੜਾ ਮੈਂ ਦੇਖਦੀ ਹਾਂ, ਹੈ ਨਾ, ਲਾਈਕ ਉਹਨਾਂ ਨੂੰ ਸੁਣਨਾ ਹੁੰਦਾ। ਸੁਰਜੀਤ ਸੰਧੂ ਮੁਤਾਬਕ ਉਹ ਕਲਾਇੰਟ ਨੂੰ ਮਿਲਣ ਮੌਕੇ ਆਪਣੀ ਸੁਰੱਖਿਆ ਦਾ ਪੂਰਾ ਧਿਆਨ ਰੱਖ ਰਹੇ ਨੇ, ਉਹਨਾਂ ਨੂੰ ਸਮੇਂ ਸਿਰ PPE ਮਿਲ ਰਹੇ ਨੇ। ਕੁਝ ਚੁਣੌਤੀਆਂ ਵੀ ਸਾਹਮਣੇ ਆਉਂਦੀਆਂ ਨੇ, ਪਰ ਉਹ ਆਪਣੇ ਆਪ ਨੂੰ ਫਾਈਟਰ ਮੰਨਦੇ ਨੇ ਅਤੇ ਹਰ ਚੁਣੌਤੀ ਦਾ ਹੱਸ ਕੇ ਸਾਹਮਣਾ ਕਰ ਰਹੇ ਨੇ। ਇਸ ਸਮੇਂ ਦੌਰਾਨ ਉਹ ਜਿਹੜੇ ਬਜ਼ੁਰਗਾਂ ਨੂੰ ਮਿਲ ਰਹੇ ਨੇ, ਸੁਰਜੀਤ ਜੀ ਨੇ ਉਹਨਾਂ ਦੇ ਕੁਝ ਡਰ ਅਤੇ ਚਿੰਤਾਵਾਂ ਸਾਂਝੀਆਂ ਕੀਤੀਆਂ। ਇਹ ਚੀਜ਼ ਨੋਟ ਕੀਤੀ ਆ ਮੈਂ, ਜਿਵੇਂ ਹੁਣ TV 'ਤੇ ਬਹੁਤ ਆ ਰਿਹਾ ਕਿ ਸੀਨੀਅਰਸ ਟਾਰਗੇਟ ਹੋ ਰਹੇ ਨੇ ਇਸ ਬਿਮਾਰੀ ਦੇ, ਹੈ ਨਾ, ਅਤੇ ਮੈਨੂੰ ਇਹ ਫੀਲ ਹੁਣ ਜਿਹਦੇ ਕਰਕੇ ਮੈਂ ਇੱਕ ਇਹ ਵੀ ਰੀਜ਼ਨ ਆ ਕਿ ਮੈਂ ਆਪਣੀ ਜੋਬ ਕੰਟੀਨਿਊਸ ਰੱਖੀ ਆ, ਹੈ ਨਾ, ਕਿ ਸੀਨੀਅਰ ਜਦੋਂ ਸੁਣਦੇ ਨੇ ਅੱਧੇ ਤਾਂ ਸਾਈਕੋਲੋਜੀਕਲੀ ਉਹਨੂੰ ਲੱਗਦਾ ਕਿ ਵੀ ਇਹ ਬਿਮਾਰੀ ਸਾਨੂੰ ਹੀ ਲੈਣ ਆਈ ਆ, ਹੈ ਨਾ, ਸਾਡੇ ਕੋਲ ਕੋਈ ਹੁਣ ਆਊਗਾ ਨਹੀਂ ਗਾ। ਜਦੋਂ ਮੈਂ ਜਾਂਦੀ ਸੀ ਮਾਸਕ ਵਗੈਰਾ ਲਾ ਕੇ ਪਹਿਲਾਂ ਸ਼ੁਰੂ ਸ਼ੁਰੂ ਦੇ ਵਿੱਚ, ਉਹ ਕਈ ਸੀਨੀਅਰ ਸਾਡੇ ਨਾਲ ਇੱਦਾਂ ਦੇ, ਉਹਨਾਂ ਨੇ ਕਿਆ ਕਹਿਣਾ, ਭਾਈ ਤੁਹਾਨੂੰ ਇਹਦੀ ਲੋੜ ਨਹੀਂ, ਸਾਨੂੰ ਤਾਂ ਕੁਛ ਨਹੀਂ ਹੋਇਆ ਹੋਇਆ ਹੈਗਾ, ਹੈ ਨਾ, ਲਾਈਕ ਉਹ ਉਹਨਾਂ ਨੂੰ ਇਹ ਹੁੰਦਾ ਸੀਗਾ ਵੀ ਸ਼ਾਇਦ ਇਹ ਸਾਡੇ ਤੋਂ ਡਰਦੇ ਨੇ, ਇਹ ਚੀਜ਼ਾਂ ਲਾ ਕੇ ਆਏ ਨੇ, ਹੈ ਨਾ, ਕਿਉਂਕਿ ਉਹ ਖਬਰਾਂ ਸੁਣਦੇ ਸੀਗੇ, ਉਹਨਾਂ ਨੂੰ ਫਿਰ ਤਸੱਲੀ ਦਵਾਉਂਦੇ ਸੀ ਵੀ ਨਹੀਂ। ਸੁਰਜੀਤ ਸੰਧੂ ਕਹਿੰਦੇ ਨੇ ਕਿ ਜਦ ਉਹਨਾਂ ਭਾਈਚਾਰੇ ਦੀ ਸੇਵਾ ਲਈ ਖੁਦ ਇਹ ਕੰਮ ਚੁਣਿਆ ਹੈ ਤਾਂ ਲੋੜ ਪੈਣ 'ਤੇ ਇਸ ਤੋਂ ਕਿਵੇਂ ਪਿੱਛੇ ਹਟ ਸਕਦੇ ਨੇ। ਉਹਨਾਂ ਦਾ ਮੰਨਣਾ ਹੈ ਕਿ ਜੋ ਕੋਈ ਵੀ ਇਸ ਕੰਮ ਵਿੱਚ ਹੈ ਉਹਨਾਂ ਨੂੰ ਡਰਨ ਦੀ ਲੋੜ ਨਹੀਂ, ਉਹ ਮਰੀਜ਼ਾਂ ਬਾਰੇ ਸੋਚਣ ਅਤੇ ਆਪਣੀ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਹੋਰਨਾਂ ਫਰੰਟ ਲਾਈਨ ਵਰਕਰਸ ਦੀ ਤਰ੍ਹਾਂ ਮੈਦਾਨ ਵਿੱਚ ਡਟੇ ਰਹਿਣ।